ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇਲ ਗਰਮ ਹੋਇਆ ਕਰਕੇ ਤੇਲ ਜਾਂ ਚੜ੍ਹ ਰਿਹਾ ਅੱਖਾਂ ਨੂੰ, ਧੂੰਆਂ ਜਿਹਾ ਮਤਲਬ ਕਿ। ਅਤੇ ਅੱਜ ਆਪਾਂ ਨੇ ਬਣਾਉਣੇ ਆ ਬ੍ਰੈਡ ਰੋਲ, ਕਿਉਂਕਿ ਆਪਣੀ ਬ੍ਰੈਡ ਵਾਲੀ ਸੀਰੀਜ਼ ਚੱਲ ਰਹੀ ਹੈਗੀ। ਬ੍ਰੈਡ ਦੀਆਂ ਹੀ ਆਪਾਂ ਰੈਸਪੀਆਂ ਪਿਛਲੇ ਦਿਨਾਂ ਤੋਂ ਬਣਾ ਰਹੇ ਹੈਗੇ। ਤੇ ਬ੍ਰੈਡ ਸਾਡੇ ਕੋਲ ਬਣੇ ਵੀ ਬਹੁਤ ਜ਼ਿਆਦਾ ਪਏ ਨੇ, ਆ ਲਾਸਟ ਹੀ ਰਹਿ ਗਏ। ਬਾਕੀ ਬ੍ਰੈਡ ਕਰਮਸ ਬਣਾ ਲਏ ਸੀਗੇ ਤੇ ਦੋ ਬਣ ਰਹਿ ਗਏ ਬਸ। ਹੁਣ ਇਦੂ ਅਗਲੀ ਜਿਹੜੀ ਰੈਸਪੀ ਆ ਉਹ ਵੀ ਬ੍ਰੈਡ ਦੀ ਆਊਗੀ, ਮਤਲਬ ਵੀ ਬਣਾਵਾਂਗੇ ਉਹ। ਹੋ ਸਕਦਾ ਵੀ ਉਹ ਅੱਗੇ ਪਿੱਛੇ ਵੀਡੀਓ ਅਪਲੋਡ ਕਰੀਏ ਵੀ ਕੱਲ ਨੂੰ ਬਣਾਵਾਂਗੇ ਉਹ ਚੀਜ਼ ਨੂੰ, ਤੇ ਹੋ ਸਕਦਾ ਕਿ ਉਹਦੀ ਵੀਡੀਓ ਪਰਸੋਂ ਨੂੰ ਜਾਂ ਕੱਲ ਤੱਕ ਆ ਜਾਵੇ, ਹੋ ਸਕਦਾ ਡਿਲੇ ਹੋ ਜਾਵੇ, ਪਰ ਬ੍ਰੈਡ ਦੀ ਉਹ ਰੈਸਪੀ ਹੋਊਗੀ। ਉਹ ਖਾਸ ਹੀ ਚੀਜ਼ ਹੋਊਗੀ ਜਿਹੜੀ ਆਪਾਂ ਆਮ ਖਾਂਦੇ ਰਹਿੰਦੇ ਹਾਂਗੇ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਸ਼ੇਅਰ ਕਰਿਆ ਕਰੋ, ਕਿਉਂਕਿ ਪਹਿਲਾਂ ਅਸੀਂ ਗਏ ਹੋਏ ਸੀਗੇ ਬਾਹਰ, ਪਹਿਲਾਂ ਸਾਰੇ ਜਾਣੇ ਕਹਿੰਦੇ ਸੀਗੇ ਕਿ ਤੁਸੀਂ ਕੁਕਿੰਗ ਵਾਲੇ ਕੰਮ ਚੋਂ ਬਾਹਰ ਨਿਕਲੋ, ਸਾਨੂੰ ਕੈਨੇਡਾ ਦਿਖਾਓ, ਕੈਨੇਡਾ ਦਿਖਾਓ। ਪਰ ਕੁਕਿੰਗ ਵਾਲੀਆਂ ਵੀਡੀਓ ਸਾਰੇ ਜ਼ਿਆਦਾ ਪਸੰਦ ਕਰਦੇ ਨੇ, ਵੀ ਘੁੰਮਣ ਵਾਲੀਆਂ ਵੀਡੀਓ ਨਾਲ ਜਦੋਂ ਫੈਮਿਲੀ ਨਾਲ ਘੁੰਮਦੇ ਹਾਂਗੇ ਉਦੋਂ ਗੱਲ ਹੋਰ ਹੁੰਦੀ ਆ, ਉਦੋਂ ਸਾਨੂੰ ਵੀ ਵਧੀਆ ਲੱਗਦਾ ਆ। ਤੇ ਹੁਣ ਕੋਸ਼ਿਸ਼ ਕਰਾਂਗੇ ਇੰਡੀਆ ਤੋਂ ਵੀ ਇੱਕ ਦੋ ਵੀਡੀਓ ਅਪਲੋਡ ਕਰਾਈਏ, ਥੋੜ੍ਹਾ ਜਿਹਾ ਮੰਮੀ ਡੈਡੀ ਵੀ ਬਿਜ਼ੀ ਚੱਲ ਰਿਹਾ, ਜੀਰੀਆਂ ਦਾ ਟਾਈਮ ਆ ਗਿਆ ਇੰਡੀਆ ਦੇ ਵਿੱਚ, ਡੈਡੀ ਫਿਰ ਹੁਣ ਡੈਡੀ ਜ਼ਿਆਦਾ ਬਿਜ਼ੀ ਹੋਏ ਪਏ ਨੇ ਉਹਦੇ ਕਰਕੇ ਖੇਤ ਦੇ ਕੰਮਾਂ ਦੇ ਵਿੱਚ। ਤੇ ਇੰਡੀਆ ਮਾਸੀ ਹੋਣੀ ਆਏ ਹੋਏ ਸੀ, ਮਨੂ ਆਈ ਸੀਗੀ ਉਹਦੀ ਬੇਟੀ, ਗੁਰਸਾਂਝ ਜੇ ਅਸੀਂ ਇੰਡੀਆ ਹੁੰਦੇ ਇੰਨਾ ਵਧੀਆ ਮਾਹੌਲ ਹੋਣਾ ਸੀ ਉੱਥੇ, ਜਦੋਂ ਇੰਨੇ ਕੋਈ ਰਿਸ਼ਤੇਦਾਰ ਆਏ ਹੁੰਦੇ ਆ ਉਹ ਇੰਨਾ ਵਧੀਆ ਇਨਵਾਇਰਮੈਂਟ ਜਿਹਾ ਹੁੰਦਾ ਘਰ ਦਾ, ਇੰਨਾ ਵੀ ਰੌਣਕ ਲੱਗੀ ਹੁੰਦੀ ਆ। ਤੇ ਹੁਣ ਆਪਾਂ ਆਪਣੀ ਰੈਸਪੀ ਸ਼ੁਰੂ ਕਰਦੇ ਹਾਂ। ਜਿਹੜਾ ਆਲੂ ਮੈਸ਼ਰ ਜਿਹਾ ਸੀਗਾ ਉਹ ਮੇਰਾ ਭਾਈ ਟੁੱਟ ਗਿਆ, ਉਹ ਸੱਜੀ ਉਹ ਟੁੱਟ ਗਿਆ, ਤੇ ਹੁਣ ਇਹਦੇ ਨਾਲ ਕਰਨਾ ਪੈ ਰਿਹਾ ਇਸ ਕਰਕੇ, ਕਿਉਂਕਿ ਜੇ ਉਹਦਾ ਹੱਥ ਨਾਲ ਪੀਣੇ ਹੈਗੇ ਫਿਰ ਕਈ ਵਾਰ ਵਿੱਚੋਂ ਸਖਤ ਜਿਹਾ ਰਹਿ ਜਾਂਦਾ ਕਿਤੋਂ ਕਿਤੋਂ, ਇਸ ਕਰਕੇ ਇਹਦੇ ਨਾਲ ਕਰਦੇ ਹੈਗੇ। ਬ੍ਰੈਡ ਰੋਲ ਦੇ ਵਿੱਚ ਪਾਉਣ ਲਈ ਜੀ ਪਿਆਜ, ਸ਼ਿਮਲਾ ਮਿਰਚ, ਧਨੀਆ ਐਂਡ ਮਟਰ। ਕਮਾਲ ਦੀ ਗੱਲ ਹੋ ਗਈ ਵੀ ਅੱਜ ਸਵੀਟ ਕੋਰਨ ਨਹੀਂ ਕੱਢੇ ਹੈਗੇ, ਤੇ ਇਧਰ ਸਾਈਡ ਤੇ ਆ ਮਿਰਚਾਂ ਆਪਾਂ ਗ੍ਰਾਈਂਡ ਕਰਕੇ ਰੱਖੀਆਂ ਨੇ ਪਈਆਂ ਨੇ। ਤੋ ਇਹਦੇ ਇਲਾਵਾ ਹੋ ਗਿਆ ਨਮਕ, ਆਮਚੂਰ ਪਾਊਡਰ ਤੇ ਇੱਕ ਲਾਲ ਮਿਰਚ। ਦੇਗੀ ਮਿਰਚ ਹੈ ਜਿਹੜੀ ਆ, ਦੇਗੀ ਆ ਜੀ, ਦੇਗੀ ਹਰੀ ਮਿਰਚ ਹੈ ਜੀ ਪਈ ਆ। ਇਹ ਉਹ ਵਾਲਾ ਬ੍ਰੈਡ ਆ ਜਿਹੜਾ ਜ਼ਿਆਦਾ ਜਗ੍ਹਾ ਚੇਂਜ ਕਰਨੇ ਕਰਕੇ ਥੱਲੇ ਬੈਠ ਗਿਆ ਸੀਗਾ, ਬਣਿਆ ਬਹੁਤ ਸੋਹਣਾ ਹੋਇਆ, ਪਹਿਲਾਂ ਕਾਫੀ ਫੁੱਲ ਗਿਆ ਸੀਗਾ, ਪਰ ਆਹ ਦੇਖੋ ਜਦੋਂ ਇਹਨੂੰ ਵੀ ਪਹਿਲਾਂ ਉੱਥੋਂ ਕੱਢਿਆ ਜਦੋਂ ਆਪਾਂ ਬੰਨ ਬਣਾਉਣ ਲੱਗੇ ਸੀਗੇ ਇੱਧਰ ਰੱਖਤਾ ਸੀਗਾ, ਉਹ ਹਿਲਾਉਣੇ ਕਰਕੇ ਇਹ ਥੱਲੇ ਬੈਠ ਗਿਆ, ਦੇਖੋ ਵਿਚਾਰਾ ਐ ਜੇ ਹੋਇਆ ਪਿਆ ਹੈਗਾ, ਜ਼ਖਮੀ ਜਿਹਾ ਹੋ ਗਿਆ, ਫੋਕ ਜਿਹੀ ਨਿਕਲ ਗਈ ਉਹਦੀ। ਹਾਂਜੀ, ਫਿਰ ਸੋਚਿਆ ਕਿ ਹੁਣ ਰੱਖੀ ਕੀ ਰੱਖਣਾ, ਇਹਨੂੰ ਵਰਤ ਹੀ ਲੈਣੇ ਹੈਗੇ। ਨਵੇਂ ਭਾਂਡਾ ਜਿਹੜੇ ਲਿਆਂਦੇ ਨੇ ਉਹ ਚ ਬ੍ਰੈਡ ਬਾਲੇ ਸੋਹਣੇ ਬਣਦੇ, ਸਾਈਜ਼ ਜਿਹਾ ਬੜਾ ਸੋਹਣਾ ਬਣਦਾ, ਪੁਰਾਣਾ ਜਿਹੜਾ ਛੋਟਾ ਸੀ, ਛੋਟਾ ਸੀ ਬਹੁਤ ਜ਼ਿਆਦਾ ਨਾ। ਤੇ ਆਲੂ ਆਪਾਂ ਨੇ ਕਰ ਲਏ ਜੀ ਕੱਦੂਕਸ਼, ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ, ਪਿਆਜ਼ ਤੇ ਸ਼ਿਮਲਾ ਮਿਰਚ। ਉਹਦਾ ਸ਼ਿਮਲਾ ਮਿਰਚ ਤੁਹਾਡੀ ਮਰਜ਼ੀ ਆ, ਤੁਸੀਂ ਪਾਉਣੀ ਆ ਤਾਂ ਪਾ ਸਕਦੇ ਹੋ, ਮੇਰੇ ਕੋਲ ਅੱਧੀ ਕੁ ਪਈ ਸੀਗੀ, ਮੈਂ ਕਿਹਾ ਖਰਾਬ ਹੀ ਹੋਊਗੀ, ਵਰਤ ਲੈਂਦੇ ਹਾਂ। ਜੇ ਤੁਹਾਡੇ ਮਟਰ ਕੱਚੇ ਮਟਰ ਨੇ ਤੁਸੀਂ ਕੱਢ ਕੇ ਲਏ ਆ, ਫਿਰ ਥੋੜ੍ਹੇ ਜਿਹੇ ਉਬਾਲ ਕੇ ਲੈ ਲਓ, ਅਤੇ ਆਪਣੇ ਫਰੋਜ਼ਨ ਮਟਰ ਨੇ ਇਹਨਾਂ ਨੂੰ ਉਬਾਲਣ ਦੀ ਲੋੜ ਨਹੀਂ ਹੈ, ਪਹਿਲਾਂ ਹੀ ਪੱਕੇ ਜਿਹੇ ਹੋਏ ਨੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁੱਟੀ ਹੋਈ ਹਰੀ ਮਿਰਚ, ਚੰਕੀ ਚਾਟ ਮਸਾਲਾ, ਥੋੜ੍ਹੀ ਜਿਹੀ ਦੇਗੀ ਮਿਰਚ ਅਤੇ ਨਮਕ, ਆਮਚੂਰ ਪਾਊਡਰ। ਇਹਨੂੰ ਮਿਕਸ ਕਰ ਲੈਂਦੇ ਹਾਂ, ਆਪਾਂ ਇਹਨੂੰ ਥੋੜ੍ਹਾ ਥੋੜ੍ਹਾ ਵੇਲ ਲੈਣਾ ਆ, ਇਹਦੀਆਂ ਪਹਿਲਾਂ ਸਾਈਡਾਂ ਜੀਆਂ ਵੀ ਕੱਟ ਲਈਆਂ ਸੀਗੀਆਂ, ਕਿਉਂਕਿ ਵੱਡਾ ਜਿਹਾ ਹੋ ਜਾਣਾ ਥੋੜ੍ਹਾ ਜਿਹਾ ਨਹੀਂ। ਇਹਨੂੰ ਪਾਣੀ ਜਿਹਾ ਲਾਉਣਾ ਆ, ਪਾਣੀ ਨਾਲ ਗਿੱਲਾ ਜਿਹਾ ਕਰ ਲੈਣਾ ਆ, ਉਹਦੇ ਨਾਲ ਜੋੜਨਾ ਸੌਖਾ ਰਹੂਗਾ, ਹੋ ਸਕਦਾ ਪਾਣੀ 'ਚ ਡਿਪ ਕਰਕੇ ਵੀ ਕੱਢ ਸਕਦੇ ਹੋ ਤੁਸੀਂ। ਇੱਕ ਮੈਨੂੰ ਪਾਣੀ ਤੋਂ ਗੱਲ ਯਾਦ ਆਈ, ਲੋਕ ਵਾਲੀਆਂ ਵਧੀਆ ਐਡਿਟ ਕਰਕੇ ਵੀਡੀਓ ਬਣਾਉਂਦੇ ਨੇ, ਅੱਜ ਮੈਂ ਦੇਖੀ ਉਹ ਕੁੜੀ ਨੂੰ ਪੁੱਛਦੀ ਆ ਰਾਸਤੇ 'ਚ ਵੀ ਵਾਟਰ ਦਾ ਫਾਰਮੂਲਾ ਕੀ ਆ, ਤੈਨੂੰ ਪਤਾ, ਉਹ ਕਹਿੰਦੀ ਹੈ, ਕਹਿੰਦੀ ਕੀ ਆ, ਕਹਿੰਦੀ WJTER, ਫਿਰ ਉਹਦੇ ਵਿੱਚੋਂ ਇੱਕਦਮ ਐਡਿਟ ਕਰਕੇ ਬਣਾਉਂਦੇ ਨੇ 7 ਕਰੋੜ ਅਮਿਤਾਭ ਬੱਚਨ ਦੀ, 7 ਕਰੋੜ ਜਿੱਤ ਗਏ, ਇਹ ਜੀ ਬੇਕਾਰ ਬੇਕਾਰ ਆਂਸਰਾਂ ਦੇ ਉੱਤੇ ਲੈ ਜਾਂਦਾ ਬੜਾ ਘੰਟੇ ਕਿਤਾਬ, 7 ਕਰੋੜ ਤੇ ਆਪਾਂ ਨੇ ਪਹਿਲਾ ਰੋਲ ਬਣਾ ਲਿਆ, ਉੱਦਾਂ ਆਪਾਂ ਨੇ ਤੇਲ ਗਰਮ ਕਰਕੇ ਮੁੜ ਕੇ ਠੰਡਾ ਹੋਣ ਨਾਲ ਰੱਖਤਾ ਸੀਗਾ, ਤਲਕਾ ਲਿਆ ਸੀਗਾ, ਵਿੱਚ ਪਾ ਦਿੰਦੇ ਹਾਂ, ਨਾਲੇ ਆਪਾਂ ਨੂੰ ਪਤਾ ਲੱਗ ਜੂ ਤੇਲ ਦਾ। ਮੈਂ ਕਿਉਂਕਿ ਮੈਂ ਕਿਹਾ ਸੀ ਵੀ ਆਪਾਂ ਇਹਨੂੰ ਰੋਲ ਕਰਕੇ ਕਰਦੇ ਹਾਂ, ਮੈਂ ਕਿਹਾ ਸੀ 2 ਲੋਟ ਅਸੀਂ ਹੁਣ ਦੋਨੇ ਤਰੀਕਿਆਂ ਨਾਲ ਕਰਕੇ ਦੇਖਾਂਗੇ ਕਿਹੜਾ ਤਰੀਕਾ ਵੱਧ ਵਧੀਆ ਲੱਗਦਾ, ਵੀ ਆਹ ਬੇਲ ਕੇ ਵੈਸੇ ਵੀ ਬਿਨਾਂ ਬੇਲੇ ਬਣਾਉਂਦੇ ਹਾਂ, ਮੈਂ ਕਿਹਾ ਪਾਣੀ ਨਾਲ ਪ੍ਰੈਸ ਕਰਕੇ ਵੀ ਬਣਾ ਸਕਦੇ ਹਾਂ ਹੱਥ ਨਾਲ, ਕਿਉਂਕਿ ਆ ਵੇਲ ਕੇ ਟੁੱਟ ਵੀ ਜਾਂਦਾ ਆ ਨਾ, ਦੇਖੋ ਜ਼ਿਆਦਾ ਹੀ ਉਹ ਹੋ ਜਾਂਦਾ, ਵੇਲ ਕੇ ਨਾਲ ਐਂ ਵੱਧ ਵਧੀਆ ਲੱਗਿਆ, ਕਿਉਂਕਿ ਬ੍ਰੈਡ ਸਾਡਾ ਬਹੁਤ ਜ਼ਿਆਦਾ ਹੀ ਸੌਫਟ ਆ ਤੇ ਟੁੱਟ ਜੇ ਜਾਂਦਾ ਵਾ, ਨਹੀਂ ਫਾਇਦਾ ਤਾਂ ਸੌਫਟ ਦਾ ਹੀ ਆ, ਜੇ ਟੁੱਟੂਗਾ। ਹਾਂ ਹਾਂ ਹਾਂ, ਉਹ ਕਹਿੰਦਾ ਵੀ ਜ਼ਿਆਦਾ ਵੇਲ ਦੇ ਥੋੜਾ, ਮੈਂ ਕਹਿੰਦਾ ਪਲਟੀ ਪਲਟੀ ਕਰਦੇ ਇਹਨਾਂ ਦੇ, ਇਹ ਕਰਦੀ ਆ, ਸਿੰਘ ਸਾਹਿਬ ਕਹਿੰਦੇ ਕੜਾਹੀ ਦੂਜੀ ਲੈ ਲੈਣੀ ਸੀਗੀ, ਮੈਨੂੰ ਇਹ ਰਿਸਕ ਹੀ ਲੱਗਦਾ, ਮੈਨੂੰ ਡਰ ਲੱਗਦਾ, ਮੈਨੂੰ ਹੈਗਾ ਬਣਦਾ ਬਹੁਤ ਘੈਂਟਾ, ਪਰ ਇਹ ਤੋਂ ਡਰ ਲੱਗਦਾ ਵਾ, ਇਹਦਾ ਬਿਜ਼ਨਸ ਹੀ ਐਵੇਂ ਹੀ ਆ।
ਕੜਾਈ ਵੀ ਆਪਣੀ ਪ੍ਰੋਬਲਮ ਆ ਹਾਂ ਆ ਹੈਂਡਲ ਜਿਆ ਵੀ ਲੰਬਾ ਨਾ ਇਹ ਚ ਮੇਰਾ ਇੱਕ ਦੋ ਵਾਰ ਹੱਥ ਵੀ ਵੱਜਿਆ ਘੁੰਮ ਗਿਆ ਫਿਰ ਇਹ ਪਰ ਇਹ ਆ ਵੀ ਕੜਾਈ ਦੇ ਵਿੱਚ ਸਾਰਾ ਡੀਪ ਫਰਾਈ ਹੋ ਜਾਂਦਾ ਆ ਦੋਨੋਂ ਲੱਗਦਾ ਚੇਂਜ ਕਰ ਲਈ ਕੜਾਈ ਅਸੀਂ ਤਾਂ ਨਹੀਂ ਵਰਤਦੇ ਕਿਉਂਕਿ ਅਸੀਂ ਡੀਪ ਫਰਾਈ ਖਾਣਾ ਖਾਂਦੇ ਨਹੀਂ ਹੈਗੇ ਅਸੀਂ ਸ਼ੈਲੋ ਫਰਾਈ ਖਾਂਦੇ ਕੋਣਾ ਲੈਣੀ ਕੜਾਈ ਕੱਢਣੀ ਪੈਣੀ ਆ ਉਹਦੇ ਚ ਜ਼ਿਆਦਾ ਵਧੀਆ ਬਣੂ ਹੁਣ ਇਹ ਨੰਗੇ ਜੇ ਰਹਿ ਜਿਹੜਾ ਇਹ ਆਪਦੇ ਬੜੇ ਵੱਡੇ ਵੀ ਕਰ ਲਿਆ ਆਪਾਂ ਛੋਟੇ ਕਰੀਏ ਸੋ ਜਿਹੜਾ ਆਪਾਂ ਵੇਲਣੇ ਵਾਲਾ ਕੰਮ ਚੱਕਤਾ ਹੱਥ ਵਾਲੇ ਹੀ ਰੱਖਿਆ ਸਾਈਡਾਂ ਕੱਟ ਕੇ ਸਾਰੀਆਂ ਮਾੜੀਆਂ ਮੋਟੀਆਂ ਰਹਿ ਵੀ ਸਕਦੀਆਂ ਨੇ ਮੈਨੂੰ ਲੱਗਦਾ ਜਿਹੜਾ ਵੇਲ ਕੇ ਵਾਲਾ ਕੰਮ ਆ ਨਾ ਉਹ ਉਹਦੇ 'ਚ ਵੱਧ ਸਹੀ ਰਹਿੰਦਾ ਜਿਹਦੇ 'ਚ ਆਪਾਂ ਵਿੱਚ ਉਹ ਪੀਜ਼ੇ ਵਾਲਾ ਸਮਾਨ ਭਰ ਕੇ ਵੇਖ ਜਾ ਕਰਦੇ ਹੁੰਦੇ ਹਾਂ 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 ਇੱਧਰ ਆਪਾਂ ਇੱਕ ਪਾਣੀ ਦਾ ਭਾਂਡਾ ਰੱਖੋ ਭਰ ਕੇ ਭਿਉਂ ਕੇ ਇਹਨੂੰ ਚੰਗੀ ਤਰ੍ਹਾਂ ਦੱਬ ਦਿਉ ਇਹਦੇ ਵਿੱਚ ਫਿਰ ਮਸਾਲਾ ਫਿਲ ਕਰਕੇ ਇਹ ਮੈਨੂੰ ਲੱਗਦਾ ਛੇਤੀ ਵੀ ਹੁੰਦਾ ਉਹਦੇ ਨਾਲ ਤੇਜ਼ ਵੀ ਹੋ ਜਾਂਦਾ ਵਾ ਸਹੀ ਬਣ ਰਿਹਾ ਹੈ ਮੈਂ ਸਹੀ ਉਹਦੇ ਨਾਲ ਬਣ ਰਿਹਾ ਮੈਂ ਸੇਬੀ ਵੀ ਸੋਹਣੀ ਆਉਂਦੀ ਆ ਮੈਂ ਇਹਨੂੰ ਸਾਈਡ ਉੱਤੇ ਦੂਜੇ ਪਾਸੇ ਭਰਤਾ ਇਹਦੇ 'ਚ ਮੈਂ ਕੰਮ ਖਰਾਬ ਕਰਤਾ ਹਾਂ ਨਾ ਦੋਏ ਵਾਰ ਮੈਂ ਨਹੀਂ ਦੇਖਿਆ ਮੈਨੂੰ ਵੀ ਜੀ ਜਿਹਾ ਲੱਗਿਆ ਮੈਂ ਕੁਝ ਪਾ ਕੇ ਇਹ ਛੋਟਾ ਸੀ ਇਹਦੀ ਸ਼ੇਪ ਕਰ ਦੇਣੀ ਆਪਾਂ ਨੇ ਉਹ ਇਹ ਛੋਟਾ ਸੀ ਨਾ ਬ੍ਰੈਡ ਛੋਟਾ ਸੀ ਉਧਰਲੀ ਸਾਈਡ ਤੋਂ ਬ੍ਰੈਡ ਵੱਡਾ ਸੀ ਜਿਹੜੀ ਮੂਲੀ ਸਾਈਡ ਸੀਗੀ ਉੱਥੋਂ ਜ਼ਿਆਦਾ ਥੱਲੇ ਬੈਠ ਗਿਆ ਸੀ ਤੇ ਤੁਸੀਂ ਬ੍ਰੈਡ ਕਰ ਜਿਹੜੇ ਸਾਈਡ ਤੇ ਕੱਟਦੇ ਆ ਉਹਨਾਂ ਨੂੰ ਤੁਸੀਂ ਐਜ਼ ਅ ਬ੍ਰੈਡ ਕਰਮ ਦੀ ਯੂਜ਼ ਕਰ ਲਓ ਹੁਣ ਇਹ ਗਿੱਲਾ ਹੋਇਆ ਹੁਣ ਇਹਨੂੰ ਐ ਸ਼ੇਪ ਦੇ ਲੈਣੀ ਆ ਜੋ ਮਰਜ਼ੀ ਸ਼ੇਪ ਦੇ ਲਓ ਵੱਡਾ ਛੋਟਾ ਜਿੱਦਾਂ ਮਰਜ਼ੀ ਬਣਾ ਲਓ ਮੈਨੂੰ ਲੱਗਦਾ ਆਪਣੇ ਪਹਿਲੇ ਵਾਲੀ ਵੀ ਆਲਮੋਸਟ ਸ਼ਾਇਦ ਬਣ ਹੀ ਗਏ ਹੋਣਗੇ ਓਹੋ ਹੋ 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 ਮੇਰਾ ਜਮਾਂ ਗਰਮ ਤੇਲ ਦਾ ਹੱਥ ਲੱਗ ਜਾਂਦਾ ਆ ਤੇਲ ਵਾਲੀ ਫੈਕਟਰੀ ਵਾਲਿਆਂ ਨਾਲ ਵੀ ਆਪਾਂ ਨੂੰ ਹਿੱਸਾ ਕਰਨਾ ਪੈਣਾ ਅੱਜ ਤੋਂ ਇੰਨਾ ਤੇਲ ਵਰਤਦੇ ਓ ਖੁੱਲ ਗਏ ਖੁੱਲਿਆ ਨਹੀਂ ਹੈਗਾ ਉਹ ਉਹਦੇ ਨਾਲ ਚੁੰਬੜ ਗਿਆ ਨਾ ਆਹਾ ਪੱਖਾ ਲਾਈਏ ਜੀ ਤੂੰ ਆਇਆ ਚੜਨ ਲੱਗ ਗਿਆ ਇਹ ਵੱਲੋਂ ਫੇਰ ਵੀ ਅਸੀਂ ਪੂਰਾ ਧਿਆਨ ਰੱਖਦੇ ਹਾਂ ਪਹਿਲਾਂ ਇਹਨੂੰ ਉਹ ਪਲੇਟ ਚ ਰੱਖਿਆ ਜਾਂਦਾ ਵਾ ਉਹਦੇ ਵਿੱਚ ਇਹਦਾ ਤੇਲ ਨੁਚੜ ਜਾਂਦਾ ਫਿਰ ਇੱਧਰ ਵਿਛਾ ਕੇ ਇਹਨੂੰ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਪ੍ਰੈਸ ਕਰਕੇ ਇਹਨਾਂ ਦਾ ਤੇਲ ਜਿਹਾ ਕੱਢਿਆ ਜਾਂਦਾ ਵਾ ਜਿੰਨਾ ਕੁ ਵੀ ਨਿਕਲਦਾ ਵਾ ਸੈਸ ਵਾ ਬਾਹਲਾ ਜ਼ੋਰ ਵੀ ਨਹੀਂ ਲਾਉਂਦੇ ਹੈ ਕਰੰਚੀ ਪਏ ਨੇ ਪਰ ਪੂਰੇ ਥੋੜ੍ਹਾ ਜਿਹਾ ਪ੍ਰੈਸ਼ਰ ਪਾਉਣਾ ਟੁੱਟਦੇ ਨੇ ਫਿਰ ਇਹਨਾਂ ਨੂੰ ਥੋੜ੍ਹੀ ਜਿਹੀ ਇਹਦੇ 'ਤੇ ਐਂ ਰੱਖ ਦੇਣਾ ਅਤੇ ਫਿਰ ਖਾਣ ਲਈ ਰੈਡੀ ਹੋ ਜਾਣਾ ਸਮਾਨ ਗੋਲ ਸ਼ੇਪ ਕਰ ਸ਼ੇਪ ਚੇਂਜ ਕਰ ਲਈ ਇਹ ਜ਼ਿਆਦਾ ਸਹੀ ਬਣ ਰਿਹਾ ਸੋਹਣੇ ਵੀ ਲੱਗਦੇ ਆ ਜਦ ਦੇਖਣ ਨੂੰ ਕਿਉਂਕਿ ਜਿਹੜੇ ਸਾਡੇ ਹੋਸਟਲ 'ਚ ਬਣੇ ਹੁੰਦੇ ਸੀ ਉਹ ਗੋਲ ਹੁੰਦੇ ਸੀਗੇ ਪਹਿਲਾਂ ਮੈਂ ਆਹ ਕੱਟਿਆ ਨਹੀਂ ਸੀਗਾ ਇਹਦਾ ਸਾਈਡਾਂ ਕੱਟੀਆਂ ਨਹੀਂ ਸੀ ਇੱਕ ਸਾਈਡ 'ਤੇ ਕੱਟੀਆਂ ਹੋ ਗਈਆਂ ਤੇਲ ਤੇਜ਼ ਕਰ ਦਈਏ ਘਟਾਇਆ ਹੋਇਆ ਸੀ ਤੇਲ ਨਹੀਂ ਤੇਜ਼ ਕਰਨਾ ਗੈਸ ਵੀ ਨਹੀਂ ਹੈ ਜੀ ਹਾਂਜੀ ਇੰਡਕਸ਼ਨ ਓਕੇ ਤੇਜ਼ ਕਰਨੀ ਆ ਪਾਉਂ ਤੇਜ਼ ਵੀ ਨਹੀਂ ਕਰਨੀ ਵਧਾਉਣੀ ਆ ਮੈਨੂੰ ਲੱਗਦਾ ਦੋ ਖੋਰ ਬਣਨ ਕਿ ਜਿਸ ਹਿਸਾਬ ਨਾਲ ਮਟੀਰੀਅਲ ਲੈ ਰਹਿ ਗਿਆ ਬ੍ਰੈਡ ਵੀ ਤੇ ਮੁੱਕਣੇ ਰਹੀ ਆ ਬ੍ਰੈਡ ਰੋਲ ਐਂਡ ਬ੍ਰੈਡ ਗੇਂਦਾਂ ਹੀ ਆਪਣੀਆਂ ਬਣ ਕੇ ਤਿਆਰ ਨੇ ਪੂਰੀਆਂ ਮੈਨੂੰ ਲੱਗਿਆ ਵੀ ਜਿਹੜੇ ਰੋਲ ਆ ਇਹ ਵੱਧ ਕਾਮਯਾਬ ਨੇ ਇਹ ਬਣਾਉਣੇ ਵੀ ਸੌਖੇ ਆ ਤੇ ਬਣਦੇ ਵੀ ਵਧੀਆ ਨੇ ਵੀ ਵੱਧ ਸੋਹਣੇ ਲੱਗ ਜਾਂਦੇ ਹਾਂਜੀ ਉਹੀ ਕਹਿਣੀ ਆ ਵੀ ਵੱਧ ਸੋਹਣੇ ਬਣਦੇ ਆ ਇਹ ਜਿਵੇਂ ਆ ਹੁੰਦਾ ਇਹਨੂੰ ਸਾਈਡ ਤੋਂ ਐ ਵੀ ਉਂ ਜੋੜ ਦਿੰਨੇ ਆ ਫਿਰ ਇਹਦਾ ਦੀਂਦਾ ਰਹਿੰਦਾ ਆ ਵੀ ਜੋੜ ਜਾ ਕੱਟਿਆ ਦੀਂਦਾ ਰਹਿੰਦਾ ਨਾ ਲਾਈਨ ਜੀ ਆ ਸੋਹਣੇ ਕਿੰਨੇ ਲੱਗਦੇ ਨੇ ਬੋਲਾਂ ਹੀ ਬਣ ਗਏ ਕੋਲ ਵੱਧ ਸੋਹਣੇ ਆ ਆਪਾਂ ਨੇ ਟਿੱਕੀਆਂ ਵਾਲਾ ਕੰਮ ਹੀ ਕਰਤਾ ਪਾਕਿਸਤਾਨ ਤੋਂ ਫੋਨ ਆਇਆ ਸੀਗਾ ਆਂਟੀ ਹੋਣੀ ਹੱਸਦੇ ਸੀ ਕਹਿੰਦੇ ਮੈਨੂੰ ਕਹਿੰਦੇ ਟਿੱਕੀਆਂ ਵਾਲੀਆਂ ਮੋਟੀਆਂ ਬਣਾਈਆਂ ਮੈਂ ਕਿਹਾ ਜੀ ਮੈਂ ਹੀ ਕਿਹਾ ਸੀ ਮੋਟੀਆਂ ਬਣਾਉਣੀਆਂ ਨੇ ਵਧੀਆ ਲੱਗਦੀਆਂ ਨੇ ਹੋਰ ਗੁੰਨਣ ਦੀ ਥਾਂ ਤੇ ਕਹਿੰਦੇ ਮੰਮੀ ਕਹਿੰਦੇ ਮੇਰੀ ਇੱਕ ਫਰੈਂਡ ਹੁੰਦੀ ਸੀ ਕਹਿੰਦੇ ਉਹਨੇ ਐਸ ਕੀਮ ਪਾਉਣੀ ਕਹਿੰਦੇ ਜੇ ਕਿਤੇ ਆਟਾ ਥੋੜਾ ਰਹਿ ਜਾਣਾ ਕਹਿੰਦੇ ਜਮਾਂ ਹੀ ਪਤਲੀਆਂ ਕਰ ਦੇਣੀਆਂ ਵੀ ਕਈ ਜਾਣੇ ਹੁੰਦੇ ਆ ਵੀ ਜਿਹੜੇ ਗਿਣ ਕੇ ਰੋਟੀ ਖਾਂਦੇ ਹੈਗੇ ਵੀ ਇੱਕ ਖਾਣੀ ਹੈ ਜਾਂ ਦੋ ਖਾਣੀ ਹੈ ਉਹ ਵੀ ਉਹ ਫਿਰ ਵੀ ਆਟਾ ਬਚ ਜੂਗਾ ਹੁਣ ਕਈ ਤਾਂ ਹੁੰਦੇ ਆ ਕਿ ਆਪਣੇ ਢਿੱਡ ਦੇ ਹਿਸਾਬ ਤੇ ਖਾਂਦੇ ਆ ਵੀ ਹਾਂ ਵੀ ਭੁੱਖ ਹੋਰ ਹੈਗੀ ਆ ਕਿ ਨਹੀਂ ਤੇ ਉਹ ਗੱਲ ਮੈਂ ਕਰਦੀ ਅੱਜ ਤੇ ਆਹ ਦੇਖੋ ਜਿਹੜੀਆਂ ਗੋਲ ਸੀਗੀਆਂ ਇਹ ਵੱਧ ਸੋਹਣੀਆਂ ਬੋਲਾਂ ਜੀਆਂ ਬਣੀਆਂ ਨੇ ਬਹੁਤ ਸੋਹਣੀ ਇਹ ਉੱਪਰੋਂ ਵੀ ਸਹੀ ਬਣੀਆਂ ਨੇ ਤੇ ਹੁਣ ਆਪਾਂ ਸਿੰਘ ਸਾਹਿਬ ਨੂੰ ਖਾਣ ਲਈ ਦਿੰਨੇ ਹੈਗੇ ਅੱਛਾ ਫਾਇਦਾ ਹੋਇਆ ਜੀ ਖਾਸਾ ਤੇਲ ਤੇ ਨਿਕਲਿਆ ਚਾਰਕ ਦੇ ਵਿੱਚੋਂ ਮੈਂ ਤੁਹਾਨੂੰ ਦਿਖਾਵਾਂ ਚੱਕ ਕੇ ਅੱਛਾ ਚੱਕ ਕੇ ਦਿਖਾਉਣਾ ਸੀਗਾ ਚੱਲ ਕੋਈ ਨਾ ਤਾਂ ਤੂੰ ਉਹਦੇ ਉੱਤੇ ਰੱਖ ਦਾ ਉਹ ਤੇਲ ਇਹਨਾਂ 'ਚ ਵੜ ਜਾਣਾ ਜਿਹੜਾ ਹੈਗਾ ਫਿਰ ਮੈਂ ਤੁਹਾਨੂੰ ਕਿਹਾ ਸੀ ਚੇਂਜ ਕਰ ਦਿਓ ਤੁਸੀਂ ਕੋਈ ਨਹੀਂ ਵਿਛਾ ਦੇ ਨਾ ਤੁਸੀਂ ਕੀਤਾ ਹੀ ਨਹੀਂ ਹਣੀ ਜੀ ਘਰ ਦੀ ਬਣਾਈ ਹੋਈ ਚਟਣੀ ਦੀ ਚਟਨੀ ਇਹਦੇ ਨਾਲ ਆਪਾਂ ਸਰਵ ਕਰਾਂਗੇ ਤੇ ਮਿੱਠੀ ਚਟਨੀ ਆ ਜੀ ਇਹ ਹੁਣ ਆਪ ਸਪਾਈਸੀ ਨੇ ਪੂਰਾ ਮੈਨੂੰ ਆ ਗਿਆ ਪਹਿਲਾਂ ਉਹ ਵਾਲਾ ਜਿਹੜਾ ਹੱਥ ਨਾਲ ਬਣਾਇਆ ਸੀਗਾ ਹੱਥ ਨਾਲ ਨਹੀਂ ਬੇਲਣੇ ਨਾਲ
ਮੈਂ ਵੀ ਬੇਲਣੇ ਆ ਬਾਈ ਸਾਰੇ ਹੀ ਵਿੱਚੋਂ ਗਰਮ ਨੇ ਹੁਣ ਜਿਹੜੇ ਗੋਲ ਗੋਲ ਨੇ ਜੇ ਕੋਈ ਨਾ ਦੱਸੇ ਵੀ ਬ੍ਰੈਡ ਆ ਹਨਾ ਮੈਨੂੰ ਜਦੋਂ ਮੈਂ ਪਹਿਲੀ ਵਾਰ ਮੈਂ ਹੋਸਟਲ 'ਚ ਪਹਿਲੀ ਵਾਰ ਖਾਧੇ ਸੀ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਹ ਕੀ ਚੀਜ਼ ਆ ਫਿਰ ਜਦੋਂ ਖਾ ਕੇ ਟੇਸਟ ਜੇ ਤੋਂ ਪਤਾ ਲੱਗ ਜਾਂਦਾ ਹੈ ਵੀ ਬ੍ਰੈਡ ਆ ਵੈਸੇ ਤਾਂ ਆਪਾਂ ਇਹਨੂੰ ਉਹ ਵੀ ਖਾ ਸਕਦੇ ਹਾਂ ਨਾ ਬਿਨਾਂ ਤਲੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਉਹੀ ਸੀਗੀਆਂ ਨਾ ਤਲ ਨਾਲ ਸਵਾਦ ਥੋੜ੍ਹਾ ਜਿਹਾ ਜ਼ਿਆਦਾ ਸਵਾਦ ਹੋ ਜਾਂਦਾ ਪੂਰੇ ਭਰੇ ਹੋਏ ਨੇ ਭਰਮੇ ਨੇ ਫੀਲਿੰਗ ਬਹੁਤ ਜ਼ਿਆਦਾ ਆ ਚੀਜ਼ ਵੀ ਪਾ ਸਕਦੇ ਸੀ ਫੀਲਿੰਗ ਹਾਂ ਜਿਹੜੀ ਵੀ ਸਬਜ਼ੀਆਂ ਪਾਉਣੀਆਂ ਨੇ ਉਹ ਪਾ ਸਕਦੇ ਆ ਚੀਜ਼ ਫਿਰ ਤਾਂ ਨਹੀਂ ਪਾਇਆ ਕਿਉਂਕਿ ਦੋ ਤਿੰਨ ਦਿਨਾਂ ਤੋਂ ਖਾਈ ਜਾ ਰਹੇ ਆ ਪਰ ਇਹਨਾਂ ਨੂੰ ਆਈ ਆ ਵੀ ਬਣਦੇ ਬਣਦੇ ਨੂੰ ਧਿਆਨ ਨਾਲ ਖਾਓ ਨਹੀਂ ਫਿਰ ਤੁਹਾਡਾ ਮੂੰਹ ਜਲ ਸਕਦੇ ਨੇ ਜਿਵੇਂ ਸਭ ਤੋਂ ਪਹਿਲਿਆਂ 'ਚ ਸੀ ਪਹਿਲਾਂ ਦੂਜਾ ਹੀ ਸੀ ਉਹਨਾਂ ਜਿਹੜਾ ਆਪਾਂ ਪਹਿਲਾਂ ਬਣਾਏ ਸੀਗੇ ਇਹ ਹਲੇ ਵੀ ਅੰਦਰੋਂ ਥੋੜ੍ਹੇ ਥੋੜ੍ਹੇ ਕੋਸੇ ਪੈਣੇ ਆ ਜਿਹੜੇ ਨਵੇਂ ਨੇ ਤਾਂ ਬਹੁਤ ਜ਼ਿਆਦਾ ਗਰਮ ਹੋਣਗੇ ਪਤਾ ਨਹੀਂ ਇਹਦੀ ਖੋਜ ਕਿਹਨੇ ਕੀਤੀ ਹੋਣੀ ਆ ਮੈਨੂੰ ਇਹ ਚੀਜ਼ ਦਾ ਪਹਿਲਾਂ ਨਹੀਂ ਇੰਨਾ ਪਤਾ ਸੀ ਮੈਨੂੰ ਪਿਛਲੇ ਇੱਕ ਸਾਲ ਤੋਂ ਹੀ ਪਤਾ ਲੱਗਣ ਲੱਗਿਆ ਮੰਮੀ ਨੇ ਬਣਾਈ ਸੀ ਉਹ ਤਾਂ ਪਹਿਲਾਂ ਛੋਟੇ ਹੁੰਦੇ ਸੀ ਉਦੋਂ ਨਹੀਂ ਮੈਂ ਕਦੇ ਖਾਧੇ ਸੀਗੇ ਜਾਂ ਕਹਿ ਲਓ ਵੀ ਇੰਟਰਨੈਟ ਤੋਂ ਚੀਜ਼ ਤਾਂ ਚੱਲਦੀ ਆ ਫੇਰ ਫੇਮਸ ਹੋ ਜਾਂਦੀ ਆ ਜ਼ਿਆਦਾ ਹੁਣ ਫਿਰ ਉਹਨਾਂ 'ਚ ਬਣਦੇ ਆ ਨਾ ਜਿਵੇਂ ਕਿਤੇ ਆਪਾਂ ਜਾਂਦੇ ਹੈਗੇ ਜਿਵੇਂ ਹੋਸਟਲ ਦੇ ਵਿੱਚ ਮੈਂ ਖਾਧੇ ਸੀਗੇ ਐਵੇਂ ਹੁੰਦਾ ਆ ਕਿਤੇ ਰੈਸਟੋਰੈਂਟ ਤੇ ਜਾਓ ਕਿਤੇ ਉਵੇਂ ਹੁੰਦੇ ਹੈਗੇ ਪ੍ਰੀਤ ਭੈਣ ਬਹੁਤ ਬਣਾਉਂਦੀ ਹੈਗੀ ਉਹ ਬਣਾਉਂਦੀ ਆ ਅਸਲ ਦੇ ਵਿੱਚ ਜ਼ਿਆਦਾ ਘਰੇ ਤਾਂ ਬ੍ਰੈਡਾਂ ਦਾ ਆਮ ਤੌਰ 'ਤੇ ਮੇਰੇ ਗਲੇ 'ਚ ਵਿਸ਼ਵਾਸ ਨਹੀਂ ਉਹੀ ਬਣਦੇ ਹੁੰਦੇ ਸੀ ਜਿਹੜੇ ਡਬਲ ਜੋੜ ਕੇ ਜਾਂ ਸਿੰਪਲ ਬੇਸਣ ਦੇ ਵਿੱਚ ਉਹ ਲਾ ਕੇ ਹਨਾ ਥੋੜ੍ਹਾ ਜਿਹਾ ਉਹ ਯਾਰ ਸਾਡੇ ਸਕੂਲ ਵਾਲਾ ਸਰਨੀ ਕੰਟੀਨ ਵਾਲਾ ਬਣਾਉਂਦਾ ਹੁੰਦਾ ਸੀ ਬ੍ਰੈਡ ਬੇਸਣ ਦੇ ਵਿੱਚ ਡਿਪ ਕਰਕੇ ਉਹਨਾਂ ਪਤਲਾ ਮੈਂ ਬੇਸਣ ਦੀ ਲੇਅਰ ਅੱਜ ਤੱਕ ਕਦੇ ਨਹੀਂ ਦੇਖੀ ਹੈਗੀ ਉਹ ਇੰਨਾ ਜ਼ਿਆਦਾ ਕੰਜੂਸੀ ਵਾਲਾ ਹੁੰਦਾ ਸੀ ਮਹਿੰਗਾ ਹੀ ਬਹੁਤ ਹੁੰਦਾ ਬੱਚਿਆਂ ਨੂੰ ਠੱਗਣ ਵੀ ਜਮੀ ਪਤਲੀ ਲੇਅਰ ਹੁੰਦੀ ਸੀ ਉੱਤੇ ਪਾਣੀ ਹੀ ਹੁੰਦਾ ਸੀ ਬੇਸਣ ਦਾ ਰੰਗ ਹੋਰੇ ਕੀਤਾ ਹੁੰਦਾ ਸੀਗਾ ਚਟਨੀ ਵੀ ਇੰਨੀ ਪਤਲੀ ਦੇਣੀ ਉਹਨੇ ₹5 ਦਾ ਟੋਸਟ ਪਹਿਲਾਂ 2.5 ਦਾ ਹੁੰਦਾ ਫਿਰ 5 ਦਾ ਕਰਦਾ ਵੀਡੀਓ 'ਚ ਤਾਂ ਦੀਦਾ ਨਹੀਂ ਹੋਣਾ ਦੂਰ ਆ ਕੈਮਰਾ ਤੋਰੀਆਂ ਬਹੁਤ ਔਖਾ ਨਿਕਲ ਰਹੀਆਂ ਤੇ ਸਾਡੀ ਜਿਹੜੀ ਲਾਈਟ ਆ ਛੋਟੀ ਜਿਹੀ ਉਹ ਵੀ ਬੰਦ ਹੋ ਗਈ ਉਹਦੀ ਬੈਟਰੀ ਮੁੱਕ ਗਈ ਹੋਣੀ ਆ ਵੀ ਆਪਾਂ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਹਾਂ ਬੈਟਰੀ ਕਰੀਏ ਚਾਰਜ ਘੈਂਟ ਸਨੈਕਸ ਨੇ ਮਿਲਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਹੋਰ ਬਾਲੀ ਘੈਂਟ ਗੱਲ ਆ ਵੀ ਰੋਜ਼ ਯਾਰ ਠੰਡੇ ਵੀ ਸਵਾਦ ਹੀ ਲੱਗਦੇ ਨੇ ਮੰਜਾ ਡਾਇਆ ਹੋਇਆ ਬੈਕ ਯਾਰ 'ਚ ਆਰਾਮ ਨਾਲ ਬੈਠੇ ਹਾਂ ਮੌਸਮ ਬੜਾ ਸੋਹਣਾ ਉਹਦਾ ਲੁਫਤ ਉਠਾ ਰਹੇ ਹਾਂ ਅਤੇ ਫਿਰ ਸੋਚਿਆ ਨਾਲ ਯਾਰ ਆ ਵੀ ਖਾਈ ਲੈਂਦੇ ਹਾਂ ਜਿਹੜੇ ਪਏ ਨੇ